ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਅੱਜ ਅਸੀਂ ਪਹੁੰਚੇ ਹਾਂ ਸਰਸਾ ਜ਼ਿਲ੍ਹਾ ਦੇ ਰੋੜੀ ਥਾਣਾ ਦੇ ਪਿੰਡ ਅਲੀਕਾਂ। ਅਲੀਕਾਂ ਦੇ ਜਿਹੜੇ ਇੱਥੇ ਘਰ ਪਹੁੰਚੇ ਹਾਂ, ਅਸੀਂ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਕਰੀਬ 3 ਮਹੀਨੇ ਪਹਿਲਾਂ ਇੱਥੋਂ ਇੱਕ ਇੱਥੇ ਜਾਨਲੇਵਾ ਹਮਲਾ ਹੋਇਆ ਸੀ ਦੋ ਭੈਣਾਂ 'ਤੇ, ਅਤੇ ਉਸ ਨੂੰ ਲੈ ਕੇ ਰੋੜੀ ਥਾਣਾ ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀਗਾ। ਅਤੇ ਉਸ ਮਾਮਲੇ ਦੇ ਵਿੱਚ ਹਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਮੈਂ ਅੱਗੇ ਤਸਵੀਰਾਂ ਦਿਖਾ ਦਿਆਂ ਤੁਹਾਨੂੰ ਕਿ ਮਕਾਨ ਦੇ ਅੰਦਰ ਇੱਧਰ ਜਿਹੜੀ ਆ ਦੀਵਾਰ ਹੁਣ ਉੱਚੀ ਕਰਵਾ ਦਿੱਤੀ ਗਈ ਆ। ਆ ਦੀਵਾਰ ਨੂੰ ਟੱਪ ਕੇ ਇੱਧਰੋਂ ਬਾਹਰਲੀ ਸਾਈਡ ਤੋਂ ਦੱਸਿਆ ਜਾ ਰਿਹਾ ਵੀ ਅਣਪਛਾਤੇ ਕੁਛ ਲੁਟੇਰੇ ਇੱਥੇ ਇਸ ਘਰ ਦੇ ਵਿੱਚ ਦਾਖਲ ਹੋਏ ਸੀ। ਔਰ ਇਸ ਤੋਂ ਬਾਅਦ ਇੱਥੇ ਇਸ ਪਰਿਵਾਰ ਦੇ ਵਿੱਚ ਸੁਸ਼ਮਾ ਮਹਿਤਾ ਅਤੇ ਸਰੋਜ ਮਹਿਤਾ ਦੋ ਭੈਣਾਂ ਇਸ ਘਰੇ ਰਹਿੰਦੀਆਂ। ਅਤੇ ਇੱਥੇ ਦੱਸਿਆ ਜਾ ਰਿਹਾ ਵੀ ਉਸ ਟਾਈਮ ਥੋੜ੍ਹਾ ਠੰਡ ਦਾ ਵੀ ਮੌਸਮ ਸੀਗਾ, ਅਤੇ ਉਹਨਾਂ ਨੇ ਇੱਥੇ ਜਦੋਂ ਖੜਕਾ ਸੁਣਿਆ ਅਤੇ ਬਾਹਰ ਆਈ ਇੱਕ ਭੈਣ, ਅਤੇ ਉਸ 'ਤੇ ਚਾਕੂ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ ਸੀ। ਜਦੋਂ ਕਾਫੀ ਸ਼ੋਰ ਮਚਾਇਆ ਤਾਂ ਦੂਜੀ ਭੈਣ ਵੀ ਬਾਹਰ ਆਈ, ਤਾਂ ਉਸ 'ਤੇ ਵੀ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਵੀ ਵਾਹਵਾ ਇਹਨਾਂ ਨੂੰ ਫੱਟੜ ਕਰ ਦਿੱਤਾ ਗਿਆ ਸੀ। ਅਤੇ ਸ਼ੋਰ ਮਚਾਉਣ ਤੋਂ ਬਾਅਦ ਜਿਹੜਾ ਇੱਧਰਲੀ ਦੀਵਾਰਾਂ ਦੇ ਸਾਈਡ ਦੇ ਟੱਪ ਕੇ ਉਹ ਜਿਹੜਾ ਚੋਰ ਲੁਟੇਰਾ ਜਿਹੜਾ ਆਇਆ ਸੀ, ਅਤੇ ਉਹ ਇੱਥੋਂ ਫਰਾਰ ਹੋ ਗਿਆ ਸੀ। ਦੋਨਾਂ ਭੈਣਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਇਲਾਜ ਹੋਇਆ। ਅਤੇ ਜਿਹੜਾ ਜਾਨਲੇਵਾ ਹਮਲਾ ਉਸ ਦੇ ਤਹਿਤ ਧਾਰਾ 307 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਣਪਛਾਤੇ ਲੁਟੇਰੇ ਦੇ ਖਿਲਾਫ਼। ਪਰ ਪੁਲਿਸ ਵੱਲੋਂ ਹਜੇ ਤੱਕ ਠੰਡੇ ਬਸਤੇ ਦੇ ਵਿੱਚ ਉਹ ਸ਼ਿਕਾਇਤ ਸਿੱਟੀ ਪਈ ਹੈ। ਸੁਸ਼ਮਾ ਮਹਿਤਾ ਦਾ ਅਤੇ ਸਰੋਜ ਮਹਿਤਾ ਦਾ ਕਹਿਣਾ ਹੈ ਕਿ ਅਸੀਂ ਹਜੇ ਵੀ ਡਰ ਬਣਿਆ ਰਿਹਾ, ਕਿਉਂਕਿ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਇੱਥੇ ਨਹੀਂ ਕੀਤੀ। ਸਿਰਫ ਮਾਮਲਾ ਦਰਜ ਕੀਤਾ ਗਿਆ, ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਦੇਖਣ ਨੂੰ ਨਹੀਂ ਮਿਲਦੀ। 3 ਮਹੀਨੇ ਹੋ ਗਏ, ਕਿਉਂਕਿ 31 ਮਾਰਚ ਦਾ ਜਿਹੜਾ ਇਹ ਮਾਮਲਾ ਸੀ, ਔਰ ਉਸ ਤੋਂ ਬਾਅਦ ਕਿਸੇ ਨੇ ਪੁਲਿਸ ਮਹਿਕਮੇ ਨੇ ਆ ਕੇ ਕੋਈ ਪੜਤਾਲ ਨਹੀਂ ਕੀਤੀ। ਇਹਨਾਂ ਨੇ ਮੰਗ ਕੀਤੀ ਹੈ ਕਿ SP ਸਾਹਿਬ ਤੋਂ ਕਿ ਜਲਦ ਤੋਂ ਜਲਦ ਇਸ ਤਰ੍ਹਾਂ ਦੀ ਜਿਹੜੀ ਅੱਗੇ ਘਟਨਾ ਇਹਨਾਂ ਨਾਲ ਵੀ ਨਾ ਹੋਵੇ ਅਤੇ ਹੋਰ ਕਿਸੇ ਨਾਲ ਵੀ ਨਾ ਵਾਪਰੇ। ਇਸ ਲਈ ਹੈ ਮੰਗ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਚੋਰ ਲੁਟੇਰੇ ਆ ਉਹਨਾਂ ਦੀ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਪੜਤਾਲ ਕੀਤੀ ਜਾਣੀ ਚਾਹੀਦੀ ਹੈ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ। ਮੈਂ ਸੁਸ਼ਮਾ ਰਾਣੀ, ਗਾਂਵ ਅਲੀਕਾ ਦੀ ਰਹਿਣੇ ਵਾਲੀ ਹੂੰ। ਹਮਾਰੇ ਸੇ ਐਸੇ ਹੋਆ ਥਾ ਜੀ ਸਰ, ਹਮ ਦੋ ਸਿਸਟਰ ਰਹਿਤੇ ਥੇ, ਜਾਨਲੇਵਾ ਘਟਨਾ ਹੋਈ ਹੈ ਸਰ ਹਮਾਰੇ ਸੇ, ਅਭੀ ਤੱਕ 3 ਮਹੀਨੇ ਹੋ ਗਏ, ਕੋਈ ਸੁਣਾਈ ਨਹੀਂ ਕੀ ਗਈ। ਕਿਤਨਾ ਟਾਈਮ ਹੋ ਗਿਆ? 3 ਮਹੀਨੇ ਹੋ ਗਏ ਸਰ, ਕੋਈ ਸੁਣਾਈ 31 ਮਾਰਚ ਕੋ ਹੋਈ ਥੀ ਇਹ ਘਟਨਾ। ਕਿਆ ਹੁਆ, ਕਿਆ ਘਟਨਾ ਹੋਈ ਸਰ? ਕੋਈ ਆਦਮੀ ਆ ਗਿਆ, ਆ ਕੇ ਉੱਪਰ ਪਹਿਲੇ ਸਿਸਟਰ ਬਾਹਰ ਨਿਕਲੀ, ਸਿਸਟਰ ਕੋਲ ਚਾਕੂ ਸੇ ਰੋਂਦੀ ਆ, ਉਹਨੂੰ ਸੰਗੀਤ ਨਹੀਂ, ਖੂਨ ਨਿਕਲਾ ਬਹੁਤ ਜ਼ਿਆਦਾ, ਔਰ ਫਿਰ ਮੈਂ ਬਾਹਰ ਨਿਕਲੀ ਤਾਂ ਮੇਰੇ ਕੋਲ ਡੰਡੇ ਮਾਰੇ, ਡੰਡੇ ਮਾਰਨੇ ਕੇ ਬਾਅਦ ਉਸਨੇ ਫਿਰ ਮੇਰੇ ਕੋਲ ਚਾਕੂ ਸੇ। ਆਪਕੋ ਵੀ ਚੋਟ ਲੱਗੀ ਕਹੀਂ? ਹਾਂਜੀ, ਕਹਾਂ ਚੋਟ ਲੱਗੀ ਆ? ਇਹ ਆਂਖ ਪੇ ਵੀ ਲੱਗੀ, ਇਹ ਜੋ ਚੋਟ ਲੱਗੀ ਇਹ ਵੀ, ਜਾਂ ਵੀ ਪਿੱਛੇ ਡੰਡੇ ਮਾਰੇ, ਜਾਂ ਪੇ ਬਾਲ ਕਟੇ ਹੋਏ ਆ, ਜਾਂ ਪੇ ਵੀ ਟਾਕੇ ਆਏ ਆ, ਔਰ ਇਧਰ ਵੀ ਸਾਰੇ ਟਾਕੇ, ਇਧਰ ਵੀ ਸਾਰੇ ਟਾਕੇ ਆਏ, ਔਰ ਹੱਥ ਪੇ ਸੋਚਣਾ ਚਾਹੀਏ ਵੀ ਕੁਛ ਕਰਨਾ ਚਾਹੀਏ, ਉੱਪਰ ਕਰਨਾ ਚਾਹੀਏ ਸਰ। ਹਮ ਮੰਗ ਕਰਨਾ ਚਾਹਤੇ ਕਿ ਹਮਾਰੀ ਸੁਣਾਈ ਹੋ ਸਰ, ਐਸੇ ਤੋਂ ਔਰ ਵੀ ਚਾਂਸ ਹੋ ਸਕਤੇ ਕਿਸੀ ਕੇ ਸਾਥ ਵੀ, ਤੋ ਯੇ ਉੱਪਰ ਕਰਨਾ ਚਾਹੀਏ, ਹਮਾਰੇ ਕੋ ਨਿਆਏ ਦੇਣਾ ਚਾਹੀਏ ਸਰ। ਹਾਂਜੀ, ਐਸੀ ਘਟਨਾ ਫਿਰ ਨਾ ਹੋ।
तो हम अकेले रहते हैं, हमारे को मतलब इनको एसपी से अपील। नहीं सर, ऐसे मेरा तो किसी के साथ कोई झगड़ा नहीं था, कोई कोई वैर नहीं, कुछ नहीं, लेना देना नहीं, पता नहीं प्रॉपर्टी के लालच में, कोई पैसे के लालच, पता नहीं सर, वो उसको तो है, वो तो मारने के उसमें ही था, बाद में था। कितने बार किए चाकू से आप? चाकू उसको तो पता ही नहीं है सर, कितना ही उसको तो काट ही दिया गला अच्छी तरह, बहुत ही खून गया सर। तो अब मतलब कमजोरी है, हाथ मुड़ जाते हैं, घबराहट होती है उसको, तो मेरे पे भी बहुत वार करे हैं। मेरे को पहले तो डंडे से मारा, उसको तो सीधा पीछे से, उसको तो बंदा भी नहीं दिखा, पीछे से ही वार कर दिया। डर लगता है हमारे को अभी भी। थाना कौन सा लगता है आपके? वो रोड़ी थाना लगता है। अभी तक कोई कार्रवाई नहीं होती? नहीं सर, कोई भी नहीं।